ਸਪੀਕਰ ਕੁਲਤਾਰ ਸੰਧਵਾਂ ਹਰਾ ਨੇ ਐਦ ਲਿਆ। ਉਹ ਕਹਿੰਦੇ ਨੇ ਕਿ ਇਸ ਵਾਰ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ 200 ਸਕੂਲੀ ਬੱਚਿਆਂ ਨੂੰ ਇਹ ਵਿਧਾਨ ਸਭਾ ਸੈਸ਼ਨ ਜਿਹੜਾ ਉਹ ਵਿਖਾਇਆ ਜਾਵੇਗਾ। ਵੈਸੇ ਉਹ ਗੱਲ ਸੱਚ ਵੀ ਹੈ, ਜਦੋਂ ਬੰਦਾ ਕਾਲਜ ਲੈਵਲ ਤੋਂ ਕਿਸੇ ਨਾ ਕਿਸੇ ਜਥੇਬੰਦੀ ਦਾ ਹਿੱਸਾ ਬਣ ਜਾਂਦਾ, ਚਾਹੇ ਉਹ ਵਿਦਿਆਰਥੀ ਵਰਗ ਹੋਵੇ ਚਾਹੇ ਕੋਈ ਸਿਆਸੀ ਧਿਰ ਨਾਲ ਜੁੜੀ ਹੋਈ ਜਥੇਬੰਦੀ ਹੋਵੇ, ਤਾਂ ਉਹਦਾ ਇੱਕ ਪੈਰ ਰੱਖਿਆ ਜਾਂਦਾ ਸਿਆਸਤ ਦੇ। ਕਹਿੰਦੇ ਅਸੀਂ ਸਿਰਫ ਇਹ ਗੱਲ ਖਾਨਾ ਪੂਰਤੀ ਵਾਸਤੇ ਨਹੀਂ ਆਖੀ ਹੋਈ, ਇਹ ਨਾਰਾ ਖਾਨਾ ਪੂਰਤੀ ਵਾਸਤੇ ਨਹੀਂ ਦਿੱਤਾ ਹੋਇਆ ਕਿ ਜਿਹੜੇ ਅੱਜ ਦੇ ਬੱਚੇ ਨੇ ਉਹ ਕੱਲ੍ਹ ਦੇ ਨੇਤਾ ਨੇ। ਪਹਿਲੀਆਂ ਸਰਕਾਰਾਂ ਦਾਅਵੇ ਕਰਦੀਆਂ ਹੁੰਦੀਆਂ ਸੀ ਕਿ ਜਿਹੜੇ ਸਾਡਾ ਦੇਸ਼ ਦਾ ਭਵਿੱਖ ਆ, ਜਿਹੜੇ ਸਾਡੇ ਨਾਗਰਿਕ ਨੇ, ਉਹਨਾਂ ਨੇ ਵੀ ਅੱਗੇ ਜਾ ਕੇ ਲੀਡਰ ਬਣਨਾ, ਅਤੇ ਉਹਨਾਂ ਦੇ ਵਿੱਚੋਂ ਅੱਗੇ ਕਈ ਲੀਡਰ ਨਿਕਲੇ ਹੋਏ ਨੇ, ਜਿਵੇਂ ਮਾਲਵਿੰਦਰ ਸਿੰਘ ਕੰਗ ਵੀ ਸਟੂਡੈਂਟ ਸਿਆਸਤ ਤੋਂ ਬਾਹਰ ਨਿਕਲੇ ਨੇ, ਰਾਜੂ ਖੰਨਾ ਵੀ ਸਟੂਡੈਂਟ ਸਿਆਸਤ ਤੋਂ ਬਾਹਰ ਨਿਕਲੇ ਹੋਏ ਨੇ, ਇਸ ਤੋਂ ਇਲਾਵਾ ਕਈ ਹੋਰ ਵੱਡੇ ਵੱਡੇ ਲੀਡਰ ਨੇ ਉਹ। ਅਤੇ ਹੁਣ ਕੁਲਤਾਰ ਸਿੰਘ ਸੰਧਵਾਂ ਜੋ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ, ਉਹਨਾਂ ਨੇ ਕਿਹਾ ਕਿ ਅਸੀਂ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਸਕੂਲ ਦੇ ਬੱਚਿਆਂ ਨੂੰ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦੇਖਣ ਵਾਸਤੇ ਭੇਜੋ। ਮਾਨ ਸਰਕਾਰ ਕਹਿੰਦੇ ਜੀ ਇੱਦਾਂ ਹੀ ਕਰਦੀ ਹੈ, ਜਿਹੜੀ ਗੱਲ ਦੀ ਗਰੰਟੀ ਦਿੰਦੀ ਹੈ ਉਹਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਪੀਕਰ ਕੁਲਤਾਰ ਸੰਧਵਾਂ ਹਰਾ ਨੇ ਐਦ ਲਿਆ। ਉਹ ਕਹਿੰਦੇ ਨੇ ਕਿ ਇਸ ਵਾਰ ਦੇ ਵਿਧਾਨ ਸਭਾ ਸੈਸ਼ਨ ਦੇ ਵਿੱਚ 200 ਸਕੂਲੀ ਬੱਚਿਆਂ ਨੂੰ ਇਹ ਵਿਧਾਨ ਸਭਾ ਸੈਸ਼ਨ ਜਿਹੜਾ ਉਹ ਵਿਖਾਇਆ ਜਾਵੇਗਾ। ਕਹਿੰਦੇ ਅਸੀਂ ਸਿਰਫ ਇਹ ਗੱਲ ਖਾਨਾ ਪੂਰਤੀ ਵਾਸਤੇ ਨਹੀਂ ਆਖੀ ਹੋਈ, ਇਹ ਨਾਰਾ ਖਾਨਾ ਪੂਰਤੀ ਵਾਸਤੇ ਨਹੀਂ ਦਿੱਤਾ ਹੋਇਆ ਕਿ ਜਿਹੜੇ ਅੱਜ ਦੇ ਬੱਚੇ ਨੇ ਉਹ ਕੱਲ੍ਹ ਦੇ ਨੇਤਾ ਨੇ। ਜੀ ਬਿਲਕੁਲ ਜੀ, ਉਹ ਕਹਿੰਦੇ ਨੇ ਕਿ ਪਹਿਲੀਆਂ ਸਰਕਾਰਾਂ ਦਾਅਵੇ ਕਰਦੀਆਂ ਹੁੰਦੀਆਂ ਸੀ ਕਿ ਜਿਹੜੇ ਸਾਡਾ ਦੇਸ਼ ਦਾ ਭਵਿੱਖ ਆ, ਜਿਹੜੇ ਸਾਡੇ ਨਾਗਰਿਕ ਨੇ, ਉਹਨਾਂ ਨੇ ਵੀ ਅੱਗੇ ਜਾ ਕੇ ਲੀਡਰ ਬਣਨਾ, ਅਤੇ ਵੈਸੇ ਉਹ ਗੱਲ ਸੱਚ ਵੀ ਹੈ, ਜਦੋਂ ਬੰਦਾ ਕਾਲਜ ਲੈਵਲ ਤੋਂ ਕਿਸੇ ਨਾ ਕਿਸੇ ਜਥੇਬੰਦੀ ਦਾ ਹਿੱਸਾ ਬਣ ਜਾਂਦਾ, ਚਾਹੇ ਉਹ ਵਿਦਿਆਰਥੀ ਵਰਗ ਹੋਵੇ ਚਾਹੇ ਕੋਈ ਸਿਆਸੀ ਧਿਰ ਨਾਲ ਜੁੜੀ ਹੋਈ ਜਥੇਬੰਦੀ ਹੋਵੇ, ਤਾਂ ਉਹਦਾ ਇੱਕ ਪੈਰ ਰੱਖਿਆ ਜਾਂਦਾ ਸਿਆਸਤ ਦੇ ਵਿੱਚ। ਜਿਵੇਂ ਹੁਣ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵੀ ਹੋਣੀਆਂ ਨੇ, ਤਾਂ ਉਹਦੇ ਵਿੱਚ ਵੀ ਵੱਖ ਵੱਖ ਸਿਆਸੀ ਧਿਰਾਂ ਦੇ ਜਿਹੜੇ ਵਿੰਗ ਨੇ, ਵਿਦਿਆਰਥੀ ਵਿੰਗ, ਉਹ ਚੋਣਾਂ ਲੜ ਰਹੇ ਨੇ, ਅਤੇ ਉਹਨਾਂ ਦੇ ਵਿੱਚੋਂ ਅੱਗੇ ਕਈ ਲੀਡਰ ਨਿਕਲੇ ਹੋਏ ਨੇ, ਜਿਵੇਂ ਮਾਲਵਿੰਦਰ ਸਿੰਘ ਕੰਗ ਵੀ ਸਟੂਡੈਂਟ ਸਿਆਸਤ ਤੋਂ ਬਾਹਰ ਨਿਕਲੇ ਨੇ, ਰਾਜੂ ਖੰਨਾ ਵੀ ਸਟੂਡੈਂਟ ਸਿਆਸਤ ਤੋਂ ਬਾਹਰ ਨਿਕਲੇ ਹੋਏ ਨੇ, ਇਸ ਤੋਂ ਇਲਾਵਾ ਕਈ ਹੋਰ ਵੱਡੇ ਵੱਡੇ ਲੀਡਰ ਨੇ, ਉਹ ਇਹਨਾਂ ਦਾ ਸਿਆਸੀ ਪਿਛੋਕੜ ਸੀ ਆ, ਗੋਲਡੀ ਹੋਣੀ ਨੇ ਜਿਹੜੇ ਇੱਧਰ ਸੰਗਰੂਰ ਵਾਲੇ, ਉਹ ਵੀ ਸੋਪੂ ਦੇ ਜਿਹੜੇ ਪ੍ਰਧਾਨ ਪ੍ਰਧੁਨ ਰਹੇ ਨੇ, ਤਾਂ ਇਸ ਕਰਕੇ ਜ਼ਰੂਰੀ ਹੈ। ਪਰ ਜਿਹੜੀ ਗੱਲ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀ ਹੈ, ਇਹ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਜਦੋਂ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਸੈਸ਼ਨ ਹੁੰਦੇ ਨੇ, ਉਹਦੇ ਵਿੱਚ ਵਿਦਿਆਰਥੀਆਂ ਨੂੰ ਸੱਦਿਆ ਜਾਂਦਾ ਹੈ। ਅਤੇ ਹੁਣ ਕੁਲਤਾਰ ਸਿੰਘ ਸੰਧਵਾਂ ਜੋ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੇ, ਉਹਨਾਂ ਨੇ ਕਿਹਾ ਕਿ ਅਸੀਂ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਸਕੂਲ ਦੇ ਬੱਚਿਆਂ ਨੂੰ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਦੇਖਣ ਵਾਸਤੇ ਭੇਜੋ। ਜੀ, ਕਿਉਂਕਿ ਪ੍ਰਬੰਧ ਸਕੂਲਾਂ ਨੇ ਕਰਨੇ ਆ, ਜ਼ਿੰਮੇਵਾਰੀ ਸਕੂਲਾਂ ਦੀ ਹੈ, ਜੇਕਰ ਕਿਤੋਂ ਕਿਸੇ ਬੱਚੇ ਨੂੰ ਬਾਹਰ ਲੈ ਕੇ ਜਾਣਾ ਤਾਂ ਜਿਹੜਾ ਮਾਪਿਆਂ ਦੀ ਪ੍ਰਵਾਨਗੀ ਵੀ ਜ਼ਰੂਰੀ ਹੁੰਦੀ ਹੈ, ਕਿ ਸਰਕਾਰ ਦਾ ਇੱਕ ਆਰਡਰ ਨਹੀਂ ਹੁੰਦਾ ਕਿ ਇਹ ਬੱਚੇ ਲੈ ਕੇ ਪਹੁੰਚੋ, ਉਹ ਉਹਨਾਂ 'ਤੇ ਵੀ ਡਿਪੈਂਡ ਕਰਦਾ ਹੈ। ਉਹ ਕਹਿੰਦੇ ਅਸੀਂ 2 ਦਿਨ ਦਾ ਜਿਹੜਾ ਸੈਸ਼ਨ ਆ ਉਹਦੇ ਵਿੱਚ 3 ਤੇ 4 ਤਰੀਕ ਨੂੰ 100-100 ਬੱਚੇ ਬਿਠਾਵਾਂਗੇ, ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਵਿਧਾਨ ਸਭਾ ਚੱਲਦੀ ਕਿਵੇਂ ਆ, ਬਿਲਕੁਲ ਕਿਵੇਂ ਉਹਦੇ ਵਿੱਚ ਗੱਲਬਾਤ ਹੁੰਦੀ ਹੈ, ਕਿਵੇਂ ਉਹਦੇ ਵਿੱਚ ਮੁੱਦੇ ਚੁੱਕੇ ਜਾਂਦੇ ਨੇ, ਵਿਰੋਧੀ ਧਿਰ ਦਾ ਕੀ ਕੰਮ ਆ, ਸਪੀਕਰ ਸਾਹਿਬ ਦੀ ਕੀ ਜ਼ਿੰਮੇਵਾਰੀ ਬਣਦੀ ਹੈ, ਉਹ ਸਾਰਾ ਕੁਝ ਸਾਡੇ ਬੱਚਿਆਂ ਨੂੰ ਪਤਾ ਲੱਗੇ, ਤਾਂ ਜੋ ਅੱਗੇ ਜਾ ਕੇ ਆਪਣੇ ਭਵਿੱਖ ਦੇ ਵਿੱਚ ਵੀ ਸੋਚ ਸਕਣ, ਉਹਨਾਂ ਦੇ ਰਾਹੀਂ ਹੋਰ ਬੱਚੇ ਵੀ ਜਾਣ ਸਕਣ। ਕਿਉਂਕਿ ਇੱਕ ਬੱਚਾ ਜੇਕਰ ਅਜਿਹੀ ਚੀਜ਼ ਦੇਖ ਕੇ ਜਾਂਦਾ ਹੈ ਨਾ, ਤਾਂ ਘੱਟੋ ਘੱਟ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰੂਗਾ, ਪਰਿਵਾਰਕ ਮੈਂਬਰ ਅੱਗੇ ਗੱਲ ਕਰਦੇ ਨੇ ਅਤੇ ਅਗਲੇ ਆਪਣੇ ਕਲਾਸਮੇਟਸ ਨੂੰ ਦੱਸੂਗਾ, ਤਾਂ ਉਹ ਅੱਗੇ ਪ੍ਰਚਾਰ ਹੁੰਦਾ ਹੈ ਕਿ ਇਹ ਚੀਜ਼ ਹੈਗੀ ਆ, ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ। ਅਤੇ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਦਾਅਵੇ ਨਹੀਂ ਕਰਦੇ, ਅਸੀਂ ਜੇਕਰ ਨਾਗਰਿਕ ਬਣਾਉਣ ਦੀ ਗੱਲ ਕਰਦੇ ਹਾਂ, ਅਸੀਂ ਲੀਡਰ ਬਣਾਉਣ ਦੀ ਗੱਲ ਕਰਦੇ ਹਾਂ, ਤਾਂ ਉਹਨੂੰ ਅਸੀਂ ਅਮਲੀ ਜਾਮਾ ਵੀ ਪਹੁੰਚਾਉਂਦੇ ਹਾਂ।
ਕਿਉਂਕਿ ਮਾਨ ਸਰਕਾਰ ਕਹਿੰਦੀ ਜੀ ਇਦਾਂ ਹੀ ਕਰਦੀ ਆ, ਜਿਹੜੀ ਗੱਲ ਦੀ ਗਰੰਟੀ ਦਿੰਦੀ ਆ ਉਹਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ 2 ਦਿਨਾਂ ਦਾ ਸੈਸ਼ਨ ਆ, ਇਸ ਸੈਸ਼ਨ ਦੇ ਵਿੱਚ ਕੀ ਕੁਝ ਹੋਣਾ? ਵੈਸੇ ਤਾਂ ਜਿਹੜੇ ਵਿਰੋਧੀ ਨੇ ਉਹ ਕਹਿ ਚੁੱਕੇ ਨੇ ਸਿਮਰਨ ਕਿ 2 ਦਿਨ ਬਹੁਤ ਨਹੀਂ ਹੈਗੇ ਜੀ। 2 ਦਿਨ ਦੇ ਵਿੱਚ ਤਾਂ 1 ਦਿਨ ਤਾਂ ਕਿਸੇ ਨਾ ਕਿਸੇ ਨੂੰ ਸ਼ਰਧਾਂਜਲੀਆਂ ਲੰਘ ਜਾਂਦਾ ਹੈ, ਫਿਰ ਇੱਕ ਵੈਲਕਮ ਸਪੀਚ ਲੰਘ ਜਾਂਦਾ ਹੈ, ਫਿਰ ਇੱਕ ਅੱਧਾ ਜਿਹੜਾ ਬਿੱਲ ਲੈ ਕੇ ਆਉਣਾ ਹੈ ਉਹ ਆ ਜਾਣਾ ਹੈ, ਉਦੋਂ ਬਾਅਦ 'ਚ ਉੱਥੇ ਬਹਿਸ ਹੋ ਜਾਣੀ ਆ। 2 ਦਿਨ ਦੇ ਵਿੱਚ ਵਿਰੋਧੀ ਧਿਰ ਵੀ ਕਈ ਵਾਰੀ ਵਾਕਆਊਟ ਕਰ ਜਾਂਦੀ ਹੈ ਜੀ, ਤਾਂ ਇਸ ਕਰਕੇ ਇਹ ਜਿਹੜਾ ਸੈਸ਼ਨ ਉਹ ਵਧਾਉਣ ਦੀ ਮੰਗ ਆ, ਅਤੇ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਸੰਧਵਾਂ ਸਾਹਿਬ ਵੱਲੋਂ, ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਦਿਖਾਉਣ ਦਾ, ਤਾਂ ਉਹ ਉਪਰਾਲਾ ਵੀ ਕਾਫੀ ਚੰਗਾ ਜਿਹਦੇ ਨਾਲ ਬੱਚਿਆਂ ਨੂੰ ਇੱਕ ਨਵੀਂ ਚੀਜ਼ ਪਤਾ ਲੱਗੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ, ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ, ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।